हल जकारा शेरा वाली दा बोल साचे दरबार की जय। सो जागरण दी रात बड़े कर्मा पगां वाली रात है, महारानी दी अखंड ज्योति ज्वाला मां जो कि आज इस नगर ते ते नजदीक दे सारे पिंड ते सारे ते ही कृपा करन दे लई अखंड ज्योति का प्रकाश होया। आप सारे जो भी मन में लैके आए हैं अज महाराणी के अगे बयान करके अपन झोलियां भर के लैके जानिया। सो ज्यादा गल्लां ना करता होया गणेश वंदना तो शुरुआत करता। सो साडे बलवीर सरपंच जी सोढ़ी वाले लंबरदार साहब सोनी जी राजेश गुप्ता जी मेरे अश्विनी मामा जी जिन्होंने मेरी आई हुई टेप जगदी जोत के मैनू एक दो वंदनावां दित्तियां होर भी सारे ही सारे का बहुत धन्यवाद करता। सो हाँ जी विघ्न हरन मंगल गौरी पुत्र गणे विष्णु महे ब्रह्मा विष्णु महे। हाँ जी सो जिन्हों दो हाथ दिए परमात्मा ने मेरी मातावां भैणा सारिया ने गणेश वंदना में ताड़ी नाल किवें सहारा देना लड्डू माता भोग लगाओ पुष्पा दी माला पाओ आओ जी में मगा लिए गौरा दे लाल दी आओ जी में मगा लिए गौरा दे लाल दी। बहुत धन्यवाद जी सो ठीक है।
ਸੁਣਾਵਾਂ ਦੀ ਰਹਿਮਤ ਹੀ ਮੈਂ ਸੁਣਾਵਾਂ ਦੀ ਰਹਿਮਤ ਹੀ ਬਸ ਰੱਬ ਲਿਆਈ ਅੱਜ ਜਗ ਦੀ ਗੋਦ ਗਵਾ ਲਾਵਾਂ ਜਾਗੇ ਵਿੱਚ ਆਈ ਅੱਜ ਜਗ ਦੀ ਗੋਦ ਗਵਾ ਲਾਵਾਂ ਜਾਗੇ ਵਿੱਚ ਆਈ ਅੱਜ ਜਗ ਦੀ ਗੋਦ ਗਵਾ ਲਾਵਾਂ ਜਾਗੇ ਵਿੱਚ ਆਈ ਅੱਜ ਜਗ ਦੀ ਗੋਦ ਗਵਾ ਲਾਵਾਂ ਜਾਗੇ ਵਿੱਚ ਆਈ ਜਕਾਰਾ ਸ਼ੇਰਾਂ ਵਾਲੀ ਦਾ ਬਹੁਤ ਸਾਜੋ ਦਰਬਾਰ ਕੀ ਜਾਂ ਸੋ ਮੈਂ ਬਹੁਤ ਧੰਨਵਾਦ ਕਰਦਾ ਸਾਰਿਆਂ ਦਾ ਜੀ ਜਕਾਰਾ ਸ਼ੇਰਾਂ ਵਾਲੀ ਦਾ ਬੋਲ ਸਾਜੇ ਦਰਬਾਰ ਕੀ ਜੈ ਸੋ ਇਸ ਵਕਤ ਤੁਸੀਂ ਵਿਸ਼ਾਲ ਸ਼ਰਮਾ ਜੀ ਜੋ ਕਿ ਆਪਣੇ ਗੁਆਂਢੀ ਪਿੰਡ ਲਸੂੜੀ ਤੋਂ ਆਪਣੇ ਹੀ ਬਹੁਤ ਹੀ ਅਜੀਜ਼ ਕਲਾਕਾਰ ਹਨ ਉਹਨਾਂ ਨੂੰ ਸਰਵਣ ਕਰ ਰਹੇ ਹੋ ਸੋ ਮੈਂ ਇੱਕ ਬੇਨਤੀ ਕਰਾਂਗਾ ਕਿ ਜਿਨ੍ਹਾਂ ਨੇ ਡੋਨੇਟਡ ਸਰਦਾਰ ਦਿਲਬਾਗ ਸਿੰਘ ਜੀ ਉਹਨਾਂ ਦੇ ਪਰਿਵਾਰ ਵੱਲੋਂ ਸਾਡੇ ਇਸ ਨਗਰ ਨੂੰ ਇੱਕ ਐਂਬੂਲੈਂਸ ਆਪਣੀ ਮਾਤਾ ਸਰਦਾਰਨੀ ਕੁਲਵੰਤ ਕੌਰ ਜੀ ਦੀ ਯਾਦ ਦੇ ਵਿੱਚ ਆਪਾਂ ਨੂੰ ਭੇਟ ਕੀਤੀ ਹੈ ਸੋ ਬਹੁਤ ਹੀ ਵੱਡਾ ਯੋਗਦਾਨ ਉਸ ਪਰਿਵਾਰ ਦਾ ਹੈ ਸਰਦਾਰ ਦਿਲਬਾਗ ਸਿੰਘ ਜੀ ਦੇ ਪਰਿਵਾਰ ਦਾ ਸਰਦਾਰ ਜਵੰਤ ਸਿੰਘ ਜੀ ਬੀਬੀ ਕੁਲਵੰਤ ਕੌਰ ਜੀ ਸਵਰਗਵਾਸੀ ਇਹਨਾਂ ਦੀ ਯਾਦ ਦੇ ਵਿੱਚ ਆਪਣੇ ਇਸ ਇਲਾਕੇ ਨੂੰ ਉਹਨਾਂ ਦੇ ਪਰਿਵਾਰ ਵੱਲੋਂ ਇੱਕ ਐਂਬੂਲੈਂਸ ਦਿੱਤੀ ਗਈ ਹੈ ਸੋ ਇਸ ਜਾਗਰਣ ਦੇ ਵਿੱਚ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਉਸ ਪਰਿਵਾਰ ਦਾ ਸਰਦਾਰ ਵਿਕਰਮਜੀਤ ਸਿੰਘ ਜੀ ਨੂੰ ਬੇਨਤੀ ਕਰਾਂਗਾ ਕਿਉਂਕਿ ਸਟੇਜ ਤੇ ਆਉਣ ਤੇ ਆਪਣਾ ਮਾਨ ਸਨਮਾਨ ਪ੍ਰਾਪਤ ਕਰਨ ਸਰਦਾਰ ਵਿਕਰਮਜੀਤ ਸਿੰਘ ਜੀ ਜੇ ਕਰਾ ਸ਼ੇਰਾਂ ਵਾਲੀ ਦਾ ਬੋਲ ਸੱਚੇ ਦਰਬਾਰ ਕੀ ਥੈਂਕ ਯੂ ਸ਼ੁਕਰੀਆ ਮਿਹਰਬਾਨੀ ਸਰਦਾਰ ਬਲਵੀਰ ਸਿੰਘ ਜੀ ਉਹਨਾਂ ਦਾ ਜੋ ਮਾਨ ਸਨਮਾਨ ਹੈ ਪ੍ਰਬੰਧਕ ਕਮੇਟੀ ਕੋਲੋਂ ਉਹ ਆਪਣਾ ਪ੍ਰਾਪਤ ਕਰ ਲੈਣ ਔਰ ਜ਼ੋਰਦਾਰ ਤਾੜੀਆਂ ਮਾਰੋ ਫਿਰ ਇੱਕ ਵਾਰੀ ਮਾਂ ਦੇ ਦਰ ਬੈਠੀਆਂ ਜੋ ਸੰਗਤਾਂ ਪਿਆਰੀਆਂ ਇੱਕ ਵਾਰ ਮਾਰੋ ਫਿਰ ਜ਼ੋਰਦਾਰ ਤਾੜੀਆਂ ਔਰ ਥੈਂਕ ਯੂ ਸ਼ੁਕਰੀਆ ਮਿਹਰਬਾਨੀ ਇੱਕ ਵਾਰ ਫਿਰ ਤੋਂ ਵਿਸ਼ਾਲ ਸ਼ਰਮਾ ਮਿਊਜ਼ੀਕਲ ਗਰੁੱਪ ਦੇ ਵੱਲੋਂ ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚਣ ਤੇ ਨਿੱਘੀ ਜੀ ਆਇਆਂ ਔਰ ਬਹੁਤ ਬਹੁਤ ਮੁਬਾਰਕਾਂ ਦੂਰੋਂ ਨੇੜੇ ਪਹੁੰਚੇ ਪੰਚ ਸਰਪੰਚ ਲੰਬਰਦਾਰ ਮਾਤਾਵਾਂ ਭੈਣਾਂ ਬਜ਼ੁਰਗ ਬੱਚੇ ਬੱਚੀਆਂ ਔਰ ਜਿੰਨੀਆਂ ਵੀ ਸੰਗਤਾਂ ਮਾਂ ਦੇ ਦਰਬਾਰ ਦੇ ਵਿੱਚ ਤੁਸੀਂ ਚੱਲ ਕੇ ਆਏ ਹੋ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਨੇ ਬਹੁਤ ਬਹੁਤ ਮੁਬਾਰਕਾਂ ਨੇ ਡੇਰਾ ਬਾਬਾ ਮੁਰਲੀ ਦਾਸ ਜੀ ਸ਼ਿਵ ਮੰਦਿਰ ਸ਼ਾਹਕੋਟ ਪੂਰੀ ਕਮੇਟੀ ਔਰ ਚੇਅਰਮੈਨ ਸਾਹਿਬ ਸ਼ਿਵ ਨਾਰਾਇਣ ਜੀ ਗੁਪਤਾ ਜੀ ਔਰ ਪ੍ਰਧਾਨ ਸਾਹਿਬ ਰਾਜੀਵ ਗੁਪਤਾ ਜੀ ਉਹਨਾਂ ਦੇ ਨਾਲ ਜਿੰਨੇ ਵੀ ਇੱਥੇ ਉਹਨਾਂ ਦੇ ਕਮੇਟੀ ਮੈਂਬਰ ਪਹੁੰਚੇ ਆ ਉਹਨਾਂ ਸਾਰਿਆਂ ਨੂੰ ਇੱਥੇ ਪਹੁੰਚਣ ਤੇ ਨਿੱਘੀ ਜੀ ਆਇਆਂ ਔਰ ਤੁਸੀਂ ਜਿੰਨੇ ਵੀ ਕਦਮ ਚੱਲ ਕੇ ਉਹ ਤੁਹਾਡਾ ਇੱਕ ਕਦਮ ਸਿਰ ਮੱਥੇ ਨਵਾਜ਼ਦੇ ਆ ਜੀ ਔਰ ਆਓ ਜ਼ਿਆਦਾ ਗੱਲਾਂ ਨਾ ਕਰਦੇ ਇੱਕ ਵਾਰ ਫਿਰ ਤੋਂ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ ਜਨਾਬ ਵਿਸ਼ਾਲ ਸ਼ਰਮਾ ਜੀ ਸੱਚੀਆਂ ਜੋਤਾਂ ਵਾਲੀ ਮਾਤਾ ਜੀ ਤੁਹਾਡੀ ਸਦਾਈ ਜੈ ਸਰਸਵਤੀ ਨੂੰ ਸਦਾ ਪ੍ਰਣਾਮ ਮੇਰਾ ਕਿਉਂਕਿ ਸਭ ਦੇ ਕਾਜ ਸਵਾਰ ਦੀ ਫੁੱਲੇ ਪੱਕਿਆਂ ਨੂੰ ਦਾਤੀ ਗਲ ਲਾਵੇ ਤੇ ਮੰਨਣ ਵਾਲਿਆਂ ਨੂੰ ਮਾਇਆ ਵੀ ਤਾਰਦੀ ਏ ਆਪਣੇ ਬੱਚੇ ਨੂੰ ਸਬਰ ਦੀ ਗੁੱਟ ਦੇ ਕੇ ਸਾਡੇ ਉਸਤਾਦ ਜੀ ਜਿਹਨਾਂ ਤੋਂ ਅਸੀਂ ਸ਼ੁਰੂ ਹੋਈ ਹਾਂ ਸਵਰਗਵਾਸੀ ਜਨਾਬ ਤਿਲਕ ਰਾਜ ਪਿਆਸਾ ਜੀ ਉਹਨਾਂ ਦੇ ਨਾਲ ਤੇ ਤਾੜੀ ਲਗਾ ਦਿਓ ਪਲੀਜ਼ ਮੈਂ ਤੁਹਾਡਾ ਬਹੁਤ ਧੰਨਵਾਦੀ ਹੋਵਾਂਗਾ ਔਰ ਸਾਡੇ ਹੋਰ ਦੂਜੇ ਉਸਤਾਦ ਜੀ ਜਿਹਨਾਂ ਤੋਂ ਸਿੱਖ ਰਹੇ ਹਾਂ ਜਨਾਬ ਅਸ਼ੋਕ ਜੈਨ ਜੀ ਸ਼ਾਹਕੋਟ ਵਾਲੇ ਉਹਨਾਂ ਦੇ ਨਾਲ ਤੇ ਵੀ ਤਾੜੀ ਲਗਾ ਦਿਓ ਜੀ ਸੋ ਆਹ ਭੇਟ ਤੋਂ ਮੈਂ ਗੌਰ ਜਾ ਰਿਹਾ ਮੇਰੇ ਮਾਮਾ ਜੀ ਦੀ ਲਿਖੀ ਹੈ ਅਸ਼ਵਨੀ ਕੁਮਾਰ ਸ਼ਰਮਾ ਜੀ ਲਸੂੜੀ ਤੋਂ ਕੀ ਕਿ ਜੇਠ ਬੀਤ ਗਿਆ ਹਾੜ ਬਿਲੰਦੀਆਂ ਜੇਠ ਬੀਤ ਗਿਆ ਹਾੜ ਬਿਲੰਦੀਆਂ ਅੱਜ ਤੋਂ ਬਾਅਦ ਨੀ ਮਾ
जयकारा शेरां वाली दा बोल सच्चे दरबार की जय। हेलो जयकारा शेरां वाली दा बोल सच्चे दरबार की जय। साडे दोस्तां दी दुनिया दे विचों जो कि सजागरण दे शोभा नूं चार चंद लगा रहे हैं डिंपा जी सलैचां वाले सरपंच साहब सरदार बलवीर सिंह जी लसूड़ी वाले डॉक्टर सोनी लसूड़ी वाले अश्विनी कुमार जी उन्होंने बेनती है कि स्टेज तो आके अपना सम्मान ले जा बेनती प्रवान करे जी सरपंच साहब लसूड़ी वाले जयकारा शेरां वाली दा बोल सच्चे दरबार की जय। तो थैंक यू शुक्रिया मेहरबानी। एक और फिर तो ठीक है और सारे नु पिछे समझ आ रहा जी जे समझ आ रहा तो ताड़ी मारो फिर एक बारी। थैंक यू शुक्रिया मेहरबानी क्योंकि इत्थे साडा गाया फिर ही प्रवान है जे तुहानू सारे नु समझ आवे। और इहो दरबार है जी जिथे दुद्ध वाले नु दुद्ध पुत वाले नु पुत माया वाले नु माया मेरे दादी दे शाही दरबार विचों ते मुहों मंगे वर मिलन सवालियां नु जे निगाह रहम दी हो जावे तो फल लग जांदे सुक्कियां डालियां नु फल लग जांदे सुक्कियां डालियां नु। उच्चे मेरे दादी दे महल सुनी दे ते उच्ची सुवी दी वड्याई भर के झोलियां मेरी दादी मां वंडदी ते बण मैं वी मंगती बणे आई बण मैं मंगती बणे आई। और इन्हां नू जिहड़े आ देवी देवते फकर फकीर जो दुनिया दे उत्ते होए ने जिदा जिदा दी इन्हां ने भगती कीती उन्हां नू फल मिले ने। गुप्ता जी जिदा जिदा दी इन्हां ने भगती कीती उदां दे उन्हां नू जिहड़े वर मिले ने उन्हां नू जिहड़े जिदा ज्ञानी ध्यानी और एक बाबा शब्द जिहड़ा इह हरेक बंदे नू नहीं मिलदा भगत और फकर फकीर औलिए महापुरश जिदा जिदा दी भी कोई भगती करता उदा उदा उन्हां नू जिहड़े ओह फल मिलदे ने। दुनिया दे विच 33 करोड़ देवी देवते होए 1,24,000 पैगंबर होए आ 9 देवियां 12.5 पंथ 2200 खवाजा 2300 कुतुब 4 सत्रां जिहड़ियां ओह 22 लख दियां होईयां मौकल मलैक सुहाग शहीद 2.5 कलंदर जिहड़े दुनिया दे उत्ते होए आ और 41 मलंग होए 52 वीर होए 64 सहयोगणियां होईयां और जिन्हां नूं एक देवी जोत ने जन्म दे के इस धरती दे उत्ते भला करन वास्ते इस दुनिया दा भला करन वास्ते भेजिया। और इन्हां नूं डिग्रियां किदां मिलदियां ने ज्ञानी दर्शन सिंह जी कोटली वाले बड़ा खूब लिखदे ने कहिंदे कि पिंडा आपणा तछ बर्बाद करके चढ़ जाए तंदी ते फिर ओह तीर हुंदा पिंडा अपना तछ बर्बाद करके चढ़ जाए तंदी ते फिर ओह तीर हुंदा आउंदा गंगा ते चढ़ चढ़ मेघला ते ओही गंगा दा उछला नीर हुंदा हद टप के औलिया बन जांदा बेहद टप्पे ता पीर हुंदा जिहड़ा हद्दा बेहद्दा नूं टप्पदा दर्शन सिंघा ते सही उसदा ना फकीर हुंदा ते सही उसदा ना फकीर हुंदा। और इह जिहड़ियां फकीरियां जे गल चंगी लगी तां ताड़ी मार दिओ। और इह फकीरियां वी जिहड़ियां सौखियां नहीं मिलदियां कहिंदे कि बड़ा औखा है फकीरी दा राह फड़ना ते चोला पा के नहीं फकर कहाया जांदा मन मारना ते तन वस करना ते घर अपना आप लुटाया जांदा कंध ढा के कपट हंकार वाली ते जिउंदी जान नूं कब्र विच पाया जांदा होणा पैंदा है दीवाने फना पहला तां फिर विच दरगाह दे आया जांदा तां फिर विच दरगाह दे आया जांदा फिर जाके मिलदियां ने फकीरियां। तो आओ ज्यादा गल्लां ना करदे होए लेके एक बार फिर तो तुहाडे रूबरू ने जनाब विशाल रंग बरसे रंग बरसे रंग बरसे रंग बरसे रंग बरसे रंग बरसे दरबार मैया रंग बरसे परसे रंग परसे दरबार मैया की तरह रंग परसे रंग परसे दरबार मैया की तरह रंग परसे रंग परसे दरबार मैया की तरह रंग परसे रंग परसे रंग परसे दरबार मैया की तरह रंग परसे रंग परसे रंग परसे दरबार मैया की तरह रंग परसे।
ਜਾਂਦੀਆਂ ਨੇ ਸਰਗਨ ਰਾਮਾ ਉੱਚਿਆਂ ਪਹਾੜਾਂ ਵਿੱਚ ਅੰਦਰਾਂ ਜਾਂਦੀਆਂ ਨੇ ਅੰਦਰਾਂ ਤੋਂ ਜਾਂਦੀਆਂ ਨੇ ਸੋ ਬਹੁਤ ਹੀ ਅੱਛੀ ਹੁੰਦਰਾ ਚੱਲ ਰਹੀ ਹੈ ਮੇਰਾ ਮਾਨ ਸਨਮਾਨ ਕਰਨ ਸ਼ਾਹਪੁਰ ਤੋਂ ਸਾਰੇ ਮੇਰੇ ਰਿਸਪੈਕਟਡ ਪਹੁੰਚੇ ਨੇ ਜੈ ਮੁੱਲੀ ਦਾਸ ਕਮੇਟੀ ਵਾਲੇ ਮੇਰਾ ਬਹੁਤ ਸਾਰਾ ਮਾਣ ਕਰ ਰਹੇ ਨੇ ਮੈਂ ਇਹਨਾਂ ਦਾ ਬਹੁਤ ਹੀ ਧੰਨਵਾਦ ਕਰਦਾ ਥੈਂਕ ਯੂ ਵੈਰੀ ਮੱਚ ਡੇਰਾ ਬਾਬਾ ਮੁੱਲੀ ਦਾਸ ਸ਼ਿਵ ਮੰਦਿਰ ਸ਼ਾਹਕੋਟ ਸਾਰੀ ਕਮੇਟੀ ਮੇਰਾ ਬਹੁਤ ਸਾਰਾ ਮਾਣ ਕਰ ਰਹੇ ਨੇ ਮੈਂ ਇਹਨਾਂ ਨੂੰ ਵੈਲਕਮ ਜੀ ਆਇਆਂ ਆਖਦਾ ਮਹਾਰਾਣੀ ਇਹਨਾਂ ਦੀਆਂ ਸਾਰੀਆਂ ਮਨੋਕਾਮਨਾ ਪੂਰੀਆਂ ਕਰੇ
रंग दे फुल रंग रंग दे देन वाली कहत लखा लखी मंग दे उतरे महारा विच फुल रंग रंग दे देन वाली कहत लखा लखी मंग दे फिर भी ना मुकना पर बहार भैया जी तेरे रंग बरी से रंग बरी से मावा मावा
विशाल शर्मा जी म्यूजिकल ग्रुप वालों एक बार फिर तो सारे पहुंचने निघी जी आया और थैंक यू शुक्रिया मेहरबानी। तो आओ अगले लिफाजा के नाल साडे
प्रबंधक कमेटी के जो मैंबर ने तो उन्होंने बाद साढ़े भाई सिद्धू जी अपने बोलों के नाल सारू इतने हाजरिया लगा तो थैंक यू शुक्रिया मेहरबानी जयकारा शेरांवाली का बोल साचे दरबार की जय प्रबंधक वीर बेनती है कि विशाल शर्मा जी का सन्मान दरबार में किया जाए प्रबंधकों को बेनती है कि स्टेज पर पहुंचने की कृपालता करो प्रबंधक वीर विशाल शर्मा जी के सन्मान वास्ते सो ये सन अज के विशाल शर्मा जी जो कि अपने गुआढ़ी पिंड बलसूड़ी तो जिन्होंने इस जागरण को मुख आरंभ किया सो हुण जिस फनकार की सानू बड़े ही चिरां तो उड़ीक है वह हुण तुहाडे सामने अपना प्रोग्राम पेश करनगे हुण विक्की बादशाह जी एंड पार्टी लुधियाने वाले जिन्हां नूं असीं बड़ी बड़ी बेसबरी दे नाल वेट कर रहे हैं सारियां संगतां सो मेरे वीर जिन्ने भी अजे भी पंडाल तो बहर घूमते हैं आ देखो मेरे वीर जिहड़े मेरे सामने बिल्कुल खड़े उन्होंने मगर भांड्या की सेवादार करते हैं उन्होंने मैं कई बार विचारियों ने बेनती की बाबा जी सानू कोई दिसदा ही नहीं सो मेरे वीरो आण के तुसी पंडाल में बैठो मैट आप बैठ के बैठने वास्ते विछाए आ सो बेनती प्रवान करो सो बैठ के आनंद माणो जिन्होंने आप बड़ी बेसबरी वेट कर रहे उन्होंने हुण टाइम अपने समीप आ चुका है सो उन्होंने साझी साढ़े को स्टेज पर पहुंच चुके हैं सो बेनती करते हैं प्रवान करो चाह के लंगर बिल्कुल तैयार हो चुके हैं जिन्ना चिर विक्की बादशाह जी स्टेज पर आए उस तो बाद आप चाह का लंगर भी पका पकौड़ियों के नाल चुकाना आनपुर लोधी वाले वालों समूह साध संगत बेनती है कि सत्तवें नराते जाने के 7-10-16 दसवें महीने की 7 तरीक न सालाना जागरण हेलो 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 थैंक यू सब तो पहला मां के सारे भक्तों नूं जय माता दी संगत जी आवाज नहीं आ रही तुहाडी मां दे भक्तों जय माता दी ਤੁਸੀਂ ਹੁਣ ਮਾੜੇ ਜਿਹੇ ਚੁੱਪ ਕਰ ਜਿਓ ਮਾਂ ਦੇ ਭਗਤ ਜੈ ਮਾਤਾ ਦੀ ਅੱਜ ਰਹਿਮਤ ਕੀਤੀ ਅੰਬੇ ਨੇ ਮਾਂ ਜਗਦੰਬੇ ਨੇ ਸ਼ਾਰਪੀ ਜਾਦੀ ਹੋਰ ਕੁਛ ਨਹੀਂ ਅੱਜ ਰਹਿਮਤ ਕੀਤੀ ਅੰਬੇ ਨੇ ਮਾਂ ਜਗਦੰਬੇ ਨੇ ਉਹਦਾ ਨਾਂ ਲੈ ਕੇ ਕਾਜ ਅਰੰਭੇ ਨੇ ਤੇ ਤੇਲ ਬੂਹੇ ਤੇ ਚੋਇਆ ਸਭ ਦੇਣ ਵਧਾਈਆਂ ਆਣ ਕੇ ਸਾਡੇ ਘਰ ਜਗਰਾਤਾ ਹੋਇਆ ਸਭ ਦੇਣ ਵਧਾਈਆਂ ਆਣ ਕੇ ਸਾਡੇ ਘਰ ਜਗਰਾਤਾ ਢੇਰ ਸਾਰੀਆਂ ਮੁਬਾਰਕਾਂ ਜੀ ਸਾਰੀ ਸੰਗਤ ਨੂੰ ਮੈਂ ਮੁਬਾਰਕਬਾਦ ਦੇ ਰਿਹਾ ਸਾਰੀ ਪ੍ਰਬੰਧਕ ਕਮੇਟੀ ਨੂੰ ਮੈਂ ਢੇਰ ਸਾਰੀਆਂ ਮੁਬਾਰਕਾਂ ਦੇ ਰਿਹਾ ਮਾਤਾ ਚਿੰਤਪੁਰਨੀ ਜਾਗਰਣ ਕਮੇਟੀ ਮੁੱਲੇਵਾਲ ਅਰਾਈਆਂ ਵੈਲਫੇਅਰ ਸੁਸਾਇਟੀ ਜਿਹਨਾਂ ਨੂੰ ਮੈਂ ਢੇਰ ਸਾਰੀਆਂ ਮੁਬਾਰਕਾਂ ਦੇ ਰਿਹਾ ਸਮੂਹ ਨਗਰ ਨਿਵਾਸੀ ਸਮੂਹ ਪੰਚਾਇਤ ਐਨਆਈ ਵੀਰ ਸਾਰਿਆਂ ਨੂੰ ਮੈਂ ਥੈਂਕਸ ਕਰਦਾ ਸਾਰਿਆਂ ਨੂੰ ਮੈਂ ਢੇਰ ਸਾਰੀਆਂ ਮੁਬਾਰਕਾਂ ਦੇ ਰਿਹਾ ਤੇ ਸਾਡੇ ਤੋਂ ਪਹਿਲਾਂ ਮੇਰਾ ਵੀਰ ਵਿਸ਼ਾਲ ਲਸੂੜੀ ਬਹੁਤ ਅੱਛੇ ਢੰਗ ਦੇ ਨਾਲ ਹਾਜ਼ਰੀ ਦੇ ਕੇ ਗਿਆ ਉਹਨਾਂ ਦੇ ਨਾਲ ਉਹਨਾਂ ਦੇ ਮੰਚ ਸੰਚਾਲਕ ਬਲਜਿੰਦਰ ਮੇਰਾ ਵੀਰ ਕਾਕੜਾ ਤੋਂ ਮੇਰਾ ਛੋਟਾ ਵੀਰ ਆ ਬਹੁਤ ਅੱਛਾ ਬੁਲਾਰਾ ਆ ਤੇ ਨਾਲ ਦੀ ਨਾਲ ਉਹਨਾਂ ਦੇ ਨਾਲ ਜਿੰਨੇ ਵੀ ਸਾਜੀ ਪਰਿਵਾਰ ਸੀ ਸਾਰਾ ਸਾਡਾ ਆਪਣਾ ਲਵਾਇਆ ਭਾਜੀ ਅਮਨ ਭਾਜੀ ਜੱਸਾ ਭਾਜੀ ਸਾਰਿਆਂ ਦੇ ਥੈਂਕਸ ਆ ਜੀ ਪ੍ਰਦੀਪ ਦੇ ਨਾਂ ਤੇ ਮਾਂ ਦੇ ਚਾਨਣ ਦੇ ਵਿੱਚ ਅਰਦਾਸ ਹੋਈ ਹੈ ਕਿ ਮਾਂ ਪ੍ਰਦੀਪ ਤੇ ਮਿਹਰ ਭਰੇ ਹੱਥ ਰੱਖੇ ਖਜ਼ਾਨੇ ਭਰਪੂਰ ਰਹਿਣ ਹਰ ਮੈਦਾਨ ਫਤਿਹ ਬਖਸ਼ੇ ਪ੍ਰਦੀਪ ਦੇ ਨਾਂ ਤੇ ਅਰਦਾਸਾਂ ਹੋਈਆਂ ਉਹਨਾਂ ਦੇ ਫੈਮਿਲੀ ਮੈਂਬਰਾਂ ਵੱਲੋਂ ਮੈਂ ਥੈਂਕਸ ਕਰਦਾ ਚਿਹਰਾ ਦੇਖਿਆ ਦੇਖਿਆ ਜਿਹਾ ਲੱਗਦਾ ਹੋਰ ਭਾਜੀ ਠੀਕ ਠਾਕ ਹੋ
ਤੇ ਜਿਨ੍ਹਾਂ ਦਾ ਸਾਨੂੰ ਬੜੇ ਬੇਸਬਰੀ ਦੇ ਨਾਲ ਇੰਤਜ਼ਾਰ ਹੈ ਉਹ ਤੁਹਾਡੀ ਆਪਣੀ ਆਵਾਜ਼ ਜਨਾਬ ਵਿੱਕੀ ਬਾਦਸ਼ਾਹ ਜੀ ਕਿਹੜੇ ਕਿਹੜੇ ਵਿੱਕੀ ਬਾਦਸ਼ਾਹ ਜੀ ਨੂੰ ਸੁਣਨਾ ਚਾਹੁੰਦੇ ਇੱਕ ਵਾਰ ਭਰਮੀਆਂ ਜੀਆਂ ਤਾੜੀਆਂ ਲਾਓ ਵਿੱਕੀ ਬਾਦਸ਼ਾਹ ਜੀ ਤੇ ਹੁਣ ਮੈਨੂੰ 2 ਮਿੰਟ ਦੀ ਬ੍ਰੇਕ ਲੈਣੀ ਪੈਣੀ ਆ ਉਹਦਾ ਕਾਰਨ ਆ ਕਿਉਂਕਿ ਜਿੰਨਾ ਚਿਰ ਇੱਕ ਸੁਰ ਨਹੀਂ ਹੁੰਦੇ ਇੱਕ ਤਾਲ ਨਹੀਂ ਹੁੰਦੇ ਉਹਨਾਂ ਚਿਰ ਮੈਂ ਵਿੱਕੀ ਜੀ ਨੂੰ ਸੱਦਾ ਨਹੀਂ ਦੇ ਸਕਦਾ ਪਰਿਵਾਰ ਦੇ ਚਾਰ ਜੀ ਆ ਜੇ ਚਾਰ ਕੋਈ ਕਿਸੇ ਪਾਸੇ ਨੂੰ ਕੋਈ ਕਿਸੇ ਪਾਸੇ ਨੂੰ ਉਹ ਘਰ ਨਹੀਂ ਚੱਲਦੇ ਘਰ ਛੇਤੀ ਖਤਮ ਹੋ ਜਾਂਦੇ ਆ ਇਹਦੇ ਸਾਡਾ ਪਰਿਵਾਰ ਆ ਮੇਰੇ ਵੀਰ ਆ ਮੇਰੇ ਤੋਂ ਵੱਡੇ ਮੇਰੇ ਤੋਂ ਛੋਟੇ ਮੇਰੇ ਉਸਤਾਦਾਂ ਦੇ ਸਮਾਨ ਤੇ ਮੈਂ 2 ਮਿੰਟ ਦੀ ਬ੍ਰੇਕ ਲਵਾਂਗਾ ਨਾ ਇਹਨਾਂ ਦਾ ਇੱਕ ਸੁਰ ਹੋਣਾ ਬੜਾ ਜ਼ਰੂਰੀ ਆ ਤੇ ਇੱਕ ਮੈਂ ਵੀਰ ਦੀ ਜ਼ਰੂਰ ਕਰਨੀ ਚਾਹਾਂਗਾ ਜਿਹੜੀ ਸੰਗਤ ਵੈਸੇ ਰਾਸਤੇ ਦੇ ਵਿੱਚ ਖੜੀ ਆ ਉਹਨਾਂ ਨੂੰ ਇੱਕ ਮੈਂ ਸਪੈਸ਼ਲੀ ਬੇਨਤੀ ਕਰਨੀ ਚਾਹਾਂਗਾ ਸਭ ਲਈ ਦੁਆਵਾਂ ਮੰਗੀਏ ਧੁੱਪਾਂ ਮੰਗੀਏ ਤੇ ਛਾਵਾਂ ਮੰਗੀਏ ਸੁੱਖ ਮੰਗਣੀ ਤਾਂ ਮੰਗੋ ਸਾਰੀ ਦੁਨੀਆ ਦੀ ਸੁੱਖ ਮੰਗਣੀ ਤਾਂ ਮੰਗੋ ਸਾਰੀ ਦੁਨੀਆ ਦੀ ਸੁੱਖਾਂ ਦੇ ਨਾਲ ਦੁੱਖ ਟਾਵਾਂ ਟਾਵਾਂ ਮੰਗੀਏ ਆਓ ਸਭ ਲਈ ਦੁਆਵਾਂ ਮੰਗੀਏ ਇਹਨਾਂ ਬੋਲਾਂ ਦੇ ਨਾਲ ਮੰਜ ਦੇ ਸਦਾ ਦੇ ਜਾ ਰਿਹਾ ਤੁਹਾਡੀਆਂ ਯੋਧਾ ਤਾੜੀਆਂ ਦੇ ਵਿੱਚ ਤੁਹਾਡੀ ਆਪਣੀ ਆਵਾਜ਼ ਉਸਤਾਦ ਜਨਾਬ ਵਿੱਕੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਖਾਲੀ ਖਾਲੀ ਜਿਹਾ ਲੱਗੀ ਜਾਂਦਾ ਖਾਲੀ ਖਾਲੀ ਜਿਹਾ ਲੱਗੀ ਜਾਂਦਾ ਜਨਾਬ ਵਿੱਕੀ ਵਾਹਿਗੁਰੂ ਜੀ ਵਿੱਕੀ ਬਾਦਸ਼ਾਹ ਜੀ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਆ ਮੈਂ ਜ਼ਿਆਦਾ ਨਹੀਂ ਕਹਿਣਾ ਇੱਕ ਵਾਰ ਭਰਮੀ ਜੇ ਤਾੜੀ ਲਾ ਦਿਓ ਵੈਲਕਮ ਕਹਿਣ ਲਈ
जिन्ना लम्मा पेंडा तय करके आए उन्नी भारी ताली नहीं मारी तुसी एक बार दब के ताली चाहिए पता लगे मुलेवाल कलेरियां दे विच अज मां दा गुणगान हो रहा है जे करो मैं शेरां वाली दा हेलो 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 वो साचे दरबार की ऑफ हुण मैं बेनती करांगा प्रबंधकां नूं बैठ जाओ भाजी तुसी भी बैठ जाओ हुण जिन्ने भी मेरे वीर खड़े आ क्योंकि ओ गीत जिन्हें गीतों में तुसी बड़ी मोहब्बत दी है बैठ जाओ भाजी हर अल्फाज नूं बड़ा प्यार दिता है कहिंदे पंछी हवा दे विच उड़ सकदा है जिहदे परां दे विच परवाज़ होवे पंछी हवा दे विच उड़ सकदा है जिहदे परां दे विच परवाज़ होवे स्रोतियां नूं ही कलाकार कील सकदा है जिहदी प्यारी ते मिठी जिही आवाज़ प्यारी ते मिठी जिही आवाज़ दा सवेग जिते रहमत साइया दी जिते रहमत शहनशाह वली दी जिते रहमत मां सरस्वती दी ओ तुहाडी अपनी आवाज जनाब विकी वाशा जी हेलो 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 सारे नु जय माता दी सारे नु जय माता दी मां चिंतपूर्णी क्लब और जिन्हें मेंबर है उन्होंने सारे नु लख लख बधाई मां दे जागरण दी और शुक्रगुजार अवतार सैदोवाल तो साडे भाजी किधर के चले बाबा जी साडे इन्हां दा भी शुक्रगुजार है साडे मेरे बापू मेरे प्यो प्यो दे बराबर है क्योंकि मैनू अपने हमेशा बच्चों वांगू प्यार करदे आ और गुस्ताखी चाहना कि थोड़ा लेट हो गए क्योंकि साज भी बहुत जरूरी है सुरच करने नहीं तो गल नहीं बनती बार बार कहने वालों के आ रही सही आ रहा नहीं सही आ रहा और ज्यादा गल ना करते शुरू कर दें महारानी का गुणगान कुत्ता तेरे दरी दा मेरे शहंशाह जियो इस करके मैनू कोई अधिकार जिथे जावा जाके ते तेरा समझ के मैनू कोई साडे पंजाब दोस्त मेरे वड्डे वीर आज बाबा जी इधर आज हुण ऐदा नहीं इधर आओ जरा आज आज यार इन्हां दी ड्यूटी साडे मेरे कोल ही है मेरे वीरां दी Thank you.
एक बारी हाथ उठा के कह दो जय माता दी। जकारा चिंतपूर्णी माई भाई, बड़ी खुशी हुई मैं पवन वाल वेख के। अजर अमर त्रिकाल दक्षी भगवान वाल्मीकि महाराज, जोरदार ताड़ी मार दो सतगुरु वास्ते। थैंक यू। क्योंकि दुनिया चलाउन वाले, सृष्टि बनाउन वाले, बुजुर्गों तो कहां जा रहा, जिन्हें भी संगत जुड़ी है, माहौल बहुत प्यारा जहा बन गया। एक ताड़ी अपने आप नहीं ला लो, परमी की ताड़ी चाहिए, परमी की ताड़ी चाहिए, क्योंकि तुम बहुत अच्छे ढंग बैठ गए। क्योंकि कलाकार ਤੁਹਾਡਾ ਬਣਾਇਆ ਕਲਾਕਾਰ ਹੈ, ਜੇ ਤੁਸੀਂ ਪਿਆਰ ਦੇਵੋਗੇ ਤੇ ਗਾਉਣ ਨੂੰ ਵੀ ਦਿਲ ਕਰਨਾ ਤੇ ਬੋਲਣ ਨੂੰ ਵੀ ਦਿਲ ਕਰਨਾ। ਤੇ ਬਾਕੀ ਜੇ ਭਵਨ ਦੀ ਗੱਲ ਕਰੀਏ, ਲਾਈਟਿੰਗ ਦੀ ਗੱਲ ਕਰੀਏ, ਬਾਕੀ ਚਕਮਕ ਚਕਮਕ ਕੀਤੀ ਹੋਈ ਹੈ। ਇੱਕ ਤਾੜੀ ਭਵਨ ਵਾਲੇ ਵੀਰ ਲਈ ਵੀ ਲਾ ਦਿਓ, ਇੱਕ ਭਰਮੀ ਜੀ ਤਾੜੀ ਚਾਹੀਦੀ ਹੈ ਆਪਣੀ ਪ੍ਰਬੰਧਕ ਕਮੇਟੀ ਲਈ, ਜਿਹਨਾਂ ਨੇ ਤੁਹਾਡੇ ਲਈ ਇੰਨਾ ਸੋਹਣਾ ਪ੍ਰਬੰਧ ਕੀਤਾ। ਮੁਬਾਰਕਾਂ ਦੇ ਰਹੇ ਜੀ ਮੈਂ ਪੂਰੀ ਪ੍ਰਬੰਧਕ ਕਮੇਟੀ ਨੂੰ, ਸਾਰੇ ਸੇਵਾਦਾਰਾਂ ਨੂੰ ਢੇਰ ਸਾਰੀਆਂ ਮੁਬਾਰਕਾਂ। ਵੀਡੀਓ ਲਾ ਬਾਈ, ਇਹਨਾਂ ਨੂੰ ਵੀ ਮੈਂ ਢੇਰ ਸਾਰੀਆਂ ਮੁਬਾਰਕਾਂ ਦੇ ਰਿਹਾ। ਸਾਉਣ ਵਾਲਾ ਵੀਰ ਮੇਰਾ ਗੋਪੀ, ਗੋਪੀ ਟੈਨਸ਼ਨ ਨਾ ਲੈ, ਬਸ ਗੁਰਜਨ ਸਾਜ ਘਟਾ ਦੇ, ਅਸੀਂ ਵੀ ਤੇਰੇ ਵਰਗੇ ਹਾਂ, ਟੈਨਸ਼ਨ ਨਾ ਲੈ, ਮਾਂ ਦੀ ਰਹਿਮਤ ਹੈ। ਬਸ ਮਾੜੀ ਜੀ ਸਮਝ ਆਉਣੀ ਚਾਹੀਦੀ ਆ, ਠੀਕ ਹੈ ਜੀ। ਕਹਿੰਦੇ ਸੁਣਾ ਵੀ ਹੈ, ਸੁਣਾ ਵੀ ਹੈ, ਅਜਮਾਇਆ ਵੀ ਹੈ, ਸੁਣਾ ਵੀ ਹੈ, ਅਜਮਾਇਆ ਵੀ ਹੈ।
کہ تیرے در پہ مقدر بدلتے ہیں سنا بھی ہے اجمایا بھی ہے کہ تیرے در پہ مقدر بدلتے ہیں چلو ہم بھی دیکھتے ہیں کہ ہمارا مقدر کیا رنگ لاتا ہے کیونکہ جو تقدیران دے سوتے ماں دے شاہی دربار دے بچ کہندے جی ماں کا دربار ہے کوئی عدالت نہیں جے ماں کا دربار ہے کوئی عدالت نہیں جہاں پھانسی نہیں معافی دلائی جاتی ہے فرق کتنا ہے کہ وہاں رشوت چڑھائی جاتی ہے جہاں گردن چکائی جاتی ہے جنہاں نے گردن اے دربار دے وچ چوک دے نال ہور کے تے چکر دی لوڑ نہیں جے تاری لوڑی پھر دب کے لایا کرو کہندا کہ ہر نظر دے وچ تو ہی نظر یامے میں جتر بھی نظر مارا ہر نظر دے وچ تو ہی نظر یامے میں جتر بھی نظر مارا نظر کرم دی کیتی نظرائے تے دتیاں لا نظراں دی ڈارا نظراں دے وچ رکھے اپنے سدھو نو کتے بند نہ کر لے ماں نظراں دی وارا کتے بند نہ کر لے ماں نظراں دی وارا تسی پاگا والے کہ ماں دی نظراں دے وچ بیٹھے او پھر میرا وی لوایا ٹولی صاحب جا رہے واپسی نوں لگ رہے تے تھینکس کردا میں بھائیاں دا وہی آواز وہی انداز تاڈی سیوا دے وچ میرے ویر بکی واشا جی شر زیادہ بھائی ہل 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 ماتا آپ بہار آئی تھوڑی رپیٹ تے کنجک دارو بن کے जैसी जैसी भावना माता वैसा ही बल गए हो चिट्ठिया पावे जो साज वजदे मेन आवाज सुनती नहीं है मेन आवाज सुन भाजी जेड़ा ताड़ी ना बजावे महामारी का चोर ਹੋਰ ਹਾਰ ਮਾਰ